ਸਤਿ ਸ਼੍ਰੀ ਅਕਾਲ ਸਟੂਡੈਂਟਸ, ਅੱਜ ਅਸੀਂ ਕਰਾਂਗੇ ਐਕਸਰਸਾਈਜ਼ 2.4 ਦਾ ਫਿਫਥ ਸਮ ਕਲਾਸ 8। ਸ਼ੂਪੋਸ ਮਦਰਸ ਪ੍ਰੈਜ਼ੈਂਟ ਏਜ ਇਜ਼ 6 ਟਾਈਮ ਸ਼ੂਪੋਸ ਪ੍ਰੈਜ਼ੈਂਟ ਏਜ। ਸ਼ੂਪੋ ਦੀ ਏਜ ਨਾਲ ਉਹਦੀ ਮਾਂ ਦੀ ਏਜ 6 ਸਾਲ ਜ਼ਿਆਦਾ ਹੈ। ਸ਼ੂਪੋ ਏਜ 5 ਈਅਰ ਫਰੋਮ ਨਾਓ 1/3 ਆਫ ਇਸ ਮਦਰਸ ਪ੍ਰੈਜ਼ੈਂਟ ਏਜ। ਸੋ ਸਮ ਸ਼ੁਰੂ ਕਰਦੇ। ਲੈਟ ਸ਼ੂਪੋਸ ਏਜ ਐਕਸ ਈਅਰ। ਸੋ ਸ਼ੂਪੋਸ ਮਦਰ ਏਜ 6 ਐਕਸ ਅਕੋਰਡਿੰਗ ਟੂ ਕੁਸ਼ਚਨ। After 5 years, Shubho's age 5 years from now. 5 years from now, x plus 5, 1/3 of his present mother age. His present mother age, 6x. So 3 naal 2 te. So x plus 5 is equal to 2x. So variable, ek side te kitte 2x minus x. So 5 is equal to x. So x is equal to kinna gaya 5. So therefore, ਆਪਾਂ ਏਜ ਕੱਢਣੀ ਸੀ ਦੋ ਪ੍ਰੈਜੈਂਟ ਏਜ। ਸ਼ੂਬੋ ਦੀ ਏਜ ਕਿੰਨੀ ਆ ਗਈ? ਸ਼ੂਬੋਸ ਏਜ 5 ਈਅਰਸ। ਸ਼ੂਬੋਸ ਮਦਰ ਏਜ 6 × 5 30 ਈਅਰਸ ਓਲਡ। ਸੋ ਇਹ ਪ੍ਰੈਜੈਂਟ ਏਜ ਆ ਗਈ ਸ਼ੂਬੋ ਦੀ ਮਦਰ ਦੀ। ਸੋ ਇਹ ਸੀ ਸਾਡਾ ਫਿਫਥ ਸਮ ਐਕਸਰਸਾਈਜ਼ 2.4। ਥੈਂਕ ਯੂ।